ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਦਿਨ 6 ਰਾਜਨੀਤਿਕ ਸਲਾਹਕਾਰਾਂ ਨੂੰ ਨਵੇਂ ਦਫ਼ਤਰ ਅਲਾਟ ਕੀਤੇ ਗਏ ਸਨ, ਜਿਨ੍ਹਾਂ ਦੀ ਦੇਖਰੇਖ ਦਾ ਖਰਚਾ ਸਰਕਾਰ ਉੱਤੇ ਹੈ। ਇਸ ਮੁੱਦੇ ਨੂੰ ਲੈ ਕੇ ਹੁਣ ਸਵਾਲ ਜਵਾਬ ਖੜ੍ਹੇ ਹੁੰਦੇ ਦਿਖ ਰਹੇ ਹਨ। ਐਡਵੋਕੇਟ ਜਗਮੋਹਨ ਭੱਟੀ ਨੇ ਇਸ ਗੱਲ ਨੂੰ ਲੈ ਕੇ ਕੋਰਟ 'ਚ ਅਰਜੀ ਪੇਸ਼ ਕੀਤੀ ਹੈ। ਇਸ ਅਰਜੀ ਵਿੱਚ ਐਡਵੋਕੇਟ ਭੱਟੀ ਨੇ ਅਪੀਲ ਕੀਤੀ ਹੈ ਕਿ ਨਵੇਂ ਰਾਜਨੀਤਿਕ ਸਲਾਹਕਾਰਾਂ ਦੇ ਦਫ਼ਤਰਾਂ ਦੀ ਰੈਨੋਵੇਸ਼ਨ 'ਤੇ ਹੋਣ ਵਾਲੇ ਖਰਚ ਦੀ ਰਿਕਵਰੀ ਪੋਲੀਟੀਕਲ ਐਡਵਾਈਜ਼ਰਾਂ ਦੀਆਂ ਤਨਖਾਹਾਂ 'ਚੋਂ ਕੱਟੀ ਜਾਵੇ। ਭੱਟੀ ਨੇ ਇਹ ਵੀ ਲਿਖਿਆ ਕਿ ਜਿੰਨਾ ਵੀ ਖਰਚਾ ਰਾਜਨੀਤਿਕ ਸਲਾਹਕਾਰਾਂ 'ਤੇ ਕੀਤਾ ਜਾ ਰਿਹਾ ਹੈ, ਉਸ ਦੇ ਚੱਲਦੇ ਸਾਰੀ ਤਨਖਾਹ ਬੰਦ ਕੀਤੀ ਜਾਵੇ। ਇਹ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜਗਮੋਹਨ ਭੱਟੀ ਨੇ ਰਾਜਨੀਤਿਕ ਸਲਾਹਕਾਰਾਂ ਦੀ ਨਿਯੁਕਤੀ ਖਿਲਾਫ਼ ਪਟੀਸ਼ਨ ਜਾਰੀ ਕੀਤੀ ਸੀ, ਜਿਸ ਦਾ ਅੱਜ ਤੱਕ ਕੋਈ ਨਤੀਜਾ ਨਹੀਂ ਕੱਢਿਆ ਗਿਆ ਅਤੇ ਸਿਆਸੀ ਸਲਾਹਕਾਰਾਂ ਨੂੰ ਦਫ਼ਤਰ ਅਲੋਟ ਹੋ ਗਏ।